ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਸਾਨ ਵੀਰੋ। ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਰਾਮਪੁਰ, ਤਹਿਸੀਲ ਦਸੂਹਾ ਅਤੇ ਜ਼ਿਲ੍ਹਾ ਜਿਹੜਾ ਲੁਧਿਆਣਾ ਪੈ ਜਾਂਦਾ। ਅੱਜ ਲੁਧਿਆਣੇ ਦੇ ਵਿੱਚ ਆਪਾਂ ਪਹੁੰਚੇ ਹਾਂ, ਜਿਹੜਾ HF ਗਾਵਾਂ ਦਾ ਜਿਹੜਾ ਗੜ੍ਹ ਮੰਨਿਆ ਜਾਂਦਾ। ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਹੋਰ ਜਿਹੜਾ HF ਦਾ ਨਗੀਨਾ ਜਿਹੜਾ ਅੱਜ ਦਿਖਾਉਣਾ ਹੈ। ਅੱਗੇ ਵੀ ਇਸ ਘਰ ਦੇ ਵਿੱਚੋਂ ਜਿਹੜੀਆਂ ਤੁਹਾਨੂੰ ਵੀਡੀਓ ਦਿਖਾਈ ਦੀਆਂ ਵੀਰ ਜੀ, ਉਹਨਾਂ ਦੇ ਪਸ਼ੂ ਵੀ ਜਿਹੜੇ ਚੰਗੇ ਹੁੰਦੇ ਆ ਅਤੇ ਰੇਟ ਵੀ ਜਿਹੜੇ ਜਾਇਜ਼ ਹੁੰਦੇ ਆ। ਆਹੋ ਹੁਣ ਵੀਰ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਤੋਂ ਪੁੱਛਦੇ ਇਹਦੇ ਬਾਰੇ ਸਾਰੀ ਡਿਟੇਲ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਵੀਰ ਜੀ, ਯੂਟਿਊਬ ਫਾਰਮ ਵਧੀਆ ਚੈਨਲ ਦਾ ਧੰਨਵਾਦ ਕਰਦੇ ਹਾਂ। ਧੰਨਵਾਦ ਜੀ, ਧੰਨਵਾਦ। ਅਤੇ ਹੋਰ ਸੁਣਾਓ ਵੀਰ ਜੀ, ਠੀਕ ਠਾਕ ਸਭ? ਹਾਂਜੀ ਹਾਂਜੀ ਠੀਕ ਠਾਕ ਜੀ, ਵਧੀਆ ਚੱਲੀ ਜਾਂਦਾ ਕੰਮ ਕਾਰ? ਵਧੀਆ ਚੱਲੀ ਜਾਂਦਾ ਜੀ। ਅਤੇ ਪਹਿਲੇ ਪਸ਼ੂ ਵਿਕ ਗਏ ਆਪਣੇ ਸਾਰੇ? ਫਿਰ ਪਹਿਲੇ ਸਾਰੇ ਸੇਲ ਹੋ ਗਏ ਪਸ਼ੂ ਦੇ। ਅਤੇ ਵਧੀਆ ਰਿਜ਼ਲਟ ਰਿਹਾ ਆਪਣਾ? ਹਾਂਜੀ ਹਾਂਜੀ ਬਹੁਤ ਵਧੀਆ, ਬਹੁਤ ਬਹੁਤ ਠੀਕ ਹੈ। ਅਤੇ ਅੱਜ ਕਿੰਨੇ ਪਸ਼ੂ ਵਿਕਾਊ ਕੀਤੇ ਫਿਰ ਆਪਾਂ? ਅੱਜ ਵੀਰ ਜੀ ਪਸ਼ੂ ਤਾਂ ਸੀਗੇ ਜੀ ਤਿੰਨ। ਹਾਂਜੀ ਤੁਹਾਡੇ ਆਉਂਦੇ ਆਉਂਦੇ ਥੋੜ੍ਹੇ ਤੁਸੀਂ ਲੇਟ ਹੋ ਗਏ। ਹਾਂਜੀ ਦੋ ਸੱਜਰਾਂ ਗਾਵਾਂ ਸੀਗੀਆਂ ਸੂਈਆਂ ਹੋਈਆਂ। ਅੱਛਾ ਜੀ, ਮੇਰੇ ਭੈਣ ਭਰਾ ਦੂਰੋਂ ਆ ਗਏ ਫਿਰ। ਅੱਛਾ, ਉਹ ਇੱਕ ਹੁਣੇ ਜੀ ਗੱਬਣ ਗਾਂ ਜੀ, ਗੱਬਣ ਗਾਂ ਜਿਹੜੀ ਰਹਿ ਗਈ ਅਤੇ ਸੂਈਆਂ ਗਾਵਾਂ ਜਿਹੜੀਆਂ ਪਹਿਲਾਂ ਚੱਲ ਗਈਆਂ। ਹਾਂ ਜੀ ਪਹਿਲਾਂ ਚਲੀ ਗਿਆ ਜੀ। ਠੀਕ ਆ, ਅਤੇ ਅੱਜ ਹੁਣ ਇਸ ਟਾਈਮ ਆਪਣੇ ਕੋਲ ਇੱਕੋ ਹੀ ਗਾਂ ਜਿਹੜੀ ਵਿਕਾਊ ਆ, ਹੈ ਨਾ? ਠੀਕ ਆ। ਅਤੇ ਵੀਰ ਜੀ ਆਓ ਸ਼ੁਰੂ ਕਰਦੇ ਹਾਂ, ਅਤੇ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਜਿਹੜਾ ਆਪਣਾ ਨਾਮ ਦੱਸ ਦਿਓ। ਮੇਰਾ ਨਾਮ ਜਸਵਿੰਦਰ ਸਿੰਘ ਜੀ। ਹਾਂਜੀ, ਦਰਾਹਾ ਕਹਿਣਾ ਸੀ, ਦਸੂਹਾ ਕਿਹਾ ਗਿਆ, ਦਰਾਹਾ ਕਿੰਨਾ ਕੁ ਪੈ ਜਾਂਦਾ? 2 ਕਿਲੋਮੀਟਰ ਪੈਂਦਾ ਜੀ। 2 ਕਿਲੋਮੀਟਰ, ਠੀਕ ਹੈ ਜੀ, ਠੀਕ ਹੈ। ਅਤੇ ਵੀਰ ਜੀ ਫੋਨ ਨੰਬਰ ਇੱਕ ਵਾਰੀ ਆਪਣਾ ਬੋਲ ਦਿਓ ਜੀ। 82-83-82-20-48। ਠੀਕ ਹੈ। ਅਤੇ ਜਿਹੜੀ ਆ ਖੰਨਾ ਮੰਡੀ ਲੱਗਦੀ ਆ, ਇਹ ਕਿੰਨੇ ਕੁ ਆਪਣੇ ਤੋਂ ਦੂਰ ਆ? ਇਹ 20 ਕਿਲੋਮੀਟਰ ਜੀ ਇੱਥੋਂ। ਅੱਛਾ, ਖੰਨਾ ਮੰਡੀ ਇੱਥੋਂ 20 ਕਿਲੋਮੀਟਰ ਹੈ? ਸੈਂਟਰ ਜਾਏ ਜੀ, ਲੁਧਿਆਣਾ ਵੀ 7 ਤੋਂ 20 ਕਿਲੋਮੀਟਰ, ਖੰਨਾ ਵੀ 7 ਤੋਂ 20 ਕਿਲੋਮੀਟਰ। ਠੀਕ ਹੈ, ਠੀਕ ਹੈ। ਹੁਣ ਫਿਰ ਆਹ ਗਾਂ ਗਿੰਨਾ ਦਿਖਾਈਏ ਜਿਹੜਾ ਅੱਜ ਆਪਾਂ ਹੁਣ ਫਿਰ ਲਿਆਂਦਾ ਤੁਸੀਂ ਅੱਜ। ਆ ਦੇਖ ਸਕਦੇ ਬਹੁਤ ਸੋਹਣਾ ਜਿਹੜਾ ਇਹਦਾ ਰੰਗ ਰੂਪ ਆ, ਅਤੇ ਕੱਦ ਕਾਠ ਵੀ ਜਿਹੜਾ ਇਹਦਾ ਗਾਂ ਦਾ ਬੜਾ ਚੰਗਾ ਵੈੜ ਦਾ। ਹਵਾਨੇ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਜੀ, ਸੋਹਣਾ ਹਵਾਨਾ ਜਿਹੜਾ ਇਹਨੇ ਤਿਆਰ ਕਰਨਾ। ਆਹ ਵੀਰ ਤੋਂ ਜਿਹੜੀ ਇਹਦੀ ਡਿਟੇਲ ਆਪਾਂ ਪੁੱਛਦੇ ਅਤੇ ਫਿਰ ਤੁਹਾਨੂੰ ਬਾਹਰ ਜਿਹੜੀ ਤੋਰ ਕੇ ਦਿਖਾਵਾਂਗੇ। ਹਾਂਜੀ ਵੀਰ ਜੀ, ਇਹਨੇ ਕਿੰਨਵੇਂ ਸੂਏ ਸੋਣਾ ਜੀ? ਇਹਨੇ ਵੀ ਜੀ ਦੂਸਰੇ ਸੂਏ ਸੋਣਾ ਜੀ। ਦੂਸਰੇ ਸੂਏ ਸੋਣਾ ਜੀ, ਦੰਦੋਂ 6 ਦੰਦਾਂ ਜੀ ਇਹ। ਅੱਛਾ, ਮੂੰਹ ਦੀ 6 ਦੰਦ ਆ? ਮੂੰਹ ਦੀ 6 ਦੰਦਾਂ ਜੀ। ਅਤੇ ਵੀਰ ਜੀ ਦੰਦ ਵਿਖਾ ਦਈਏ ਫਿਰ ਇਹਦੇ ਇੱਕ ਵਾਰੀ? ਹਾਂਜੀ 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 ਹਾਂਜੀ, ਦੰਦ ਦਿਖਾ ਦਿਆ। ਦੂਸਰੇ ਸੂਏ ਸੋਣਾ, ਅਤੇ ਦੋਸਤੋ ਮੂੰਹ ਦੀ ਜਿਹੜੀ 6 ਦੰਦ ਆ, ਦੰਦ ਤੁਹਾਨੂੰ ਜਿਹੜੇ ਹੁਣੇ ਚੈੱਕ ਕਰਾ ਦੇਣੇ ਵੀਰ ਨੇ। ਹਾਂ ਦੇਖ ਸਕਦੇ, ਕੰਨੀਆਂ ਜਿਹੜੀਆਂ ਅਜੇ ਦਈ ਆ, ਉਹਲੀਆਂ ਤੋੜੀਆਂ ਨਹੀਂ ਅਜੇ। ਠੀਕ ਆ। ਅਤੇ ਵੀਰ ਜੀ ਪਹਿਲੇ ਸੂਏ ਦੇ ਇਹਦਾ ਕਿੰਨਾ ਕੁ ਦੁੱਧ ਜਿਹੜਾ ਰਿਹਾ ਜੇ? ਪਹਿਲੇ ਸੂਏ ਜੀ ਮਾਲਕਾਂ ਕੋਲੋਂ 22-23 ਲੀਟਰ ਦੇ ਦੁੱਧ ਕੱਢਿਆ ਜੀ ਹੱਸ ਕੇ ਜੀ। 22-23 ਲੀਟਰ ਪਹਿਲੇ ਸੂਏ? ਪਹਿਲੇ ਅਸੀਂ ਘਰੋਂ ਲਿਆਂਦੇ ਜੀ, ਹੌਲੀ ਸੇਵਾ ਨਾਲੋਂ ਕਹਿੰਦੇ ਸੀ 22-23 ਲੀਟਰ ਕੱਢਿਆ ਜੀ। ਅੱਛਾ ਜੀ। ਅਤੇ ਐਤਕੀ ਇਹਨੇ ਉਮੀਦ ਆ ਜੀ, ਅਤੇ ਇਹ 27-28 ਲੀਟਰ ਦੁੱਧ ਹੱਸ ਕੇ ਕੱਢੂ ਜੀ ਇਹ। ਅੱਛਾ, 27-28 ਲੀਟਰ ਜਿਹੜਾ ਦੁੱਧ ਦੂਸਰੇ ਸੂਏ ਕੱਢੂਗੀ? ਹਾਂਜੀ ਹਾਂਜੀ ਹਾਂਜੀ, ਆਪਾਂ 27 ਕਿਲੋ ਦੀ ਗਰੰਟੀ ਕਹਿ ਕੇ ਦੇਵਾਂਗੇ ਜੀ, ਜੇ ਵੀਰ ਕੋਈ ਸੇਵਾ ਵਾਲਾ ਲੈ ਗਿਆ। ਹਾਂਜੀ, ਇਹ ਵੀ ਕੋਈ ਪਤਾ ਨਹੀਂ, ਇਹ 30+ ਕਰ ਜਾਵੇ। ਅੱਛਾ, 30+ ਵੀ ਕਰ ਸਕਦੀ ਆ, ਪਰ ਜਿਹੜਾ ਤੁਸੀਂ 27 ਕਿਲੋ ਦੀ ਗਰੰਟੀ ਦਓਗੇ? 27 ਕਿਲੋ ਦੀ ਗਰੰਟੀ ਦੇਵਾਂਗੇ। ਕਿੰਨੇ ਕੁ ਦਿਨ ਅਜੇ ਖੜਦੀ ਹੈ? ਇਹ ਦਿਨ ਖੜਦੇ ਜੀ 8-9 ਦਿਨ ਦੇ ਰਹਿੰਦੇ ਨੇ, 2 ਦਿਨ ਉੱਤੇ ਵੀ ਲੈ ਸਕਦੇ। ਅੱਛਾ ਜੀ, ਮਤਲਬ ਲਗਭਗ 8-10 ਦਿਨ ਜਿਹੜੇ ਇਹਨੇ ਲੈ ਜਾਣੇ? ਲੈ ਜਾਣੇ ਜੀ, ਹਜੇ ਤਾਂ ਬਹੁਤ ਇਹਨੇ ਬਣਨਾ ਬੈਠੀ ਨੇ ਜੀ। ਅੱਛਾ ਜੀ, ਹਾਂਜੀ ਹਾਂਜੀ ਠੀਕ ਹੈ। ਤੇ ਹੁਣ ਇੰਨੀ ਤਿਆਰੀ ਹੈ ਨਾ, ਤਾਂ ਸੋਣ ਵੇਲੇ ਤਾਂ ਬਹੁਤ ਤਿਆਰੀ ਕਰਦੇ ਹਾਂ ਜੀ। ਅੱਛਾ ਜੀ, ਅਜੇ ਕੱਚੀ ਆ 10-8 ਦਿਨ ਦੀ? ਹਾਂਜੀ ਹਾਂਜੀ ਹਾਂਜੀ। ਤੇ ਥਣ ਥੁਣ ਓਕੇ ਸਾਰੇ ਪੂਰੇ? ਥਣ ਥਣ ਜੀ, ਥਣ ਬਹੁਤ ਵਧੀਆ ਲੱਗਿਆ ਹੋਇਆ ਜੀ। ਠੀਕ ਹੈ। ਥਣ ਤਾਂ ਭਾਵੇਂ ਚਾਹੇ ਹੱਥੀਂ ਚਵਾਈ ਕਰੇ ਚਾਹੇ ਮਸ਼ੀਨ ਨਾ ਕਰੇ, ਥਣ ਬਹੁਤ ਵਧੀਆ ਚਵਾਈ ਲੱਗਿਆ ਹੈ ਜੀ। ਠੀਕ ਹੈ, ਤੋਰ ਕੇ ਖਾਈਏ ਫਿਰ ਬਾਕੀ ਡਿਟੇਲ ਇਹਦੀ ਬਾਅਦ 'ਚ ਦੱਸਦੇ ਹਾਂ। ਹਾਂਜੀ ਹਾਂ ਦੋਸਤੋ, ਰੰਗ ਰੂਪ ਜਿਹੜਾ ਤੁਸੀਂ ਦੇਖ ਸਕਦੇ, ਤਾਂ ਕੱਦ ਕਾਠ ਬੜਾ ਚੰਗਾ, ਅਤੇ ਸ਼ਾਈਨ ਜਿਹੜੀ ਬੜੀ ਸੋਹਣੀ ਆ ਇਹਦੀ। ਹਾਂਜੀ, ਜਿਹੜੇ ਦਿਨ ਇਹਦੇ ਪਏ ਆ ਵੈਟ ਦੇ ਦੇਖ ਸਕਦੇ। ਹਾਂਜੀ, ਰੋਕਦੇ ਵੀਰ ਜੀ ਇੱਥੇ 1 ਮਿੰਟ। ਕੱਦ ਕੱਟ ਜਿਹੜਾ ਵੈਟ ਦਾ ਬੜਾ ਉੱਚਾ, ਦੂਸਰੇ ਸੂਏ ਜਿਹੜਾ ਇਹਨੇ ਸੋਣਾ, ਅਤੇ ਅਜੇ ਦਿਨ ਜਿਹੜੇ 8-10 ਦਿਨ ਜਿਹੜੇ ਅਜੇ ਖੜਦੀ ਆ। ਅਤੇ ਦੁੱਧ ਵੀਰ ਜੀ ਹੋਣੀ ਕਹਿੰਦੇ ਕਿ 27 ਲੀਟਰ ਦੀ ਜਿਹੜੀ ਵੀਰ ਜੀ ਹੋਣੀ ਗਰੰਟੀ ਦੇਂਦੇ ਆ, ਅਤੇ ਜੇ ਹਵਾਨੇ 'ਚ ਢਿੱਲਾਂ ਢੁੱਲਾਂ ਚੰਗੀਆਂ।
ढिल्ला देख सकते हो जी, जो हवाना इन्हें पूरा जो अजे तैयार करना। हाँ जी वीर जी लै जाओ जी, हवाना गांह भी चंगा सोहना तैयार किया, हवाना पछाण भी जरा चंगा सोहना तैयार कर। हम वीर तो जो रेट आप पूछा कि वीर ए रेट कर दें। खन्ना मंडी के लागे जरा वीर जी होना जरा पै जाता, तो कल जी मंडी भी आ ते के वीर ने पसंद आती है, तो नाले खन्ना मंडी वेख जे, नाले जी वैड अपनी देख जे। लुधियाना शहर जरा इतना बिल्कुल लागे पै जाता, तो जिला भी जरा लुधियाना है। हवाने से जड़िया मिल्क वेन्स वो भी तुम देख सकते जी, थना का गैप भी चंगी तरह देख सकते जी। फेस क्वालिटी एक दिखा दो, निका निका जो दुकान है बिल्कुल ब्रीडिंग च ब्रीड वधिया ब्रीड की जी वैड है, तो यह जड़िया वैडा गर्मी भी जी घट मना, ढिल्ला अजे चंगिया सोहनिया, सोहना हवाना जरा इन्हें तैयार करना बिल्कुल टैट जहा कंपैक्ट जहा। हाँ जी वीर जी फिर रेट दस दिए जी एदा। हाँ जी रेट दस दें जी, जेड़े नवे वीर मैं कॉल आती थी जी। हाँ जी तो कहते भी सानू सोन वाला डंगर भी लिया के दो। हाँ जी कई मेरे वीर खड़ना होंगे। हाँ जी हाँ जी, तो ये नवे वीर खातर जेड़े नवे फार्म शुरू करते हैं जी। हाँ जी उन्हें खातर एक गिफ्ट है जी। अच्छा जी। हाँ जी ठीक है, किन्ना क रेट फिर ए कर देना जी? रेट कर चाहे वीर जी चाहे कर दी 70। हाँ जी दोस्तों फेस क्वालिटी जी चंगी 55,000 वीर जी ने जो 27 लीटर वाली का रेट किया। वीर जी ने कहते कि कच्ची जी लिया है थोड़ी जी, क्योंकि कई वीर ने दूर खड़नी होंगी है, तो उन्होंने वीर वास्ते जी कई बार फिर जिन्हें थोड़ा समा रहा होंगे रस्ते कई सू पीदियाँ, तो जी हफ्ता 10 दिन जी कच्ची है, तो बाकी किसी वीर को पसंद आती है अपना आवे 2 टाइम 3 टाइम अपनी चेक पास करे चारे थान चेक करे तो फिर अपना पशु खरीदे जी। कद कट दोस्तों एरा बड़ा उच्चा तो रंग रूप भी बड़ा सोहना। हाँ जी दोस्तों वीडियो ने पूरा देखने ली बहुत बहुत धन्यवाद जी।